ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਸਕੀਮ ਨੂੰ ਲੈ ਕੇ ਵੱਡੀ ਕਾਰਵਾਈ ਭਗਵੰਤ ਮਾਨ ਸਰਕਾਰ ਨੂੰ ਸੱਤਾ ਵਿੱਚ ਆਏ 7 ਮਹੀਨੇ ਹੋ ਗਏ ਨੇ ਇਨ੍ਹਾਂ 7 ਮਹੀਨਿਆਂ ਵਿੱਚ ਸਰਕਾਰ ਨੇ ਲੋਕਾਂ ਲਈ ਕਈ ਐਮ ਫੈਸਲੇ ਲਏ ਨੇ ਇਸ ਦੇ ਨਾਲ ਹੁਣ ਸਰਕਾਰ ਨੇ ਪੈਨਸ਼ਨ ਸਕੀਮ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਆ ਪੰਜਾਬ ਦੇ ਵਿੱਚ 9000 ਤੋਂ ਵੱਧ ਜਿਹੇ ਲਾਪਾਤਰੀ ਸਨ ਜਿਨ੍ਹਾਂ ਨੂੰ ਪੈਨਸ਼ਨ ਮਿਲ ਰਹੀ ਸੀ ਉਹਨਾਂ ਦੀ ਪਛਾਣ ਮਰਤਕ ਦੇ ਵੱਜੋਂ ਹੋਈ ਸੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਗੰਗਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਰਾਨੀ ਹੇਠ ਡੂੰਗੀ ਜਾਂਚ ਤੋਂ ਬਾਅਦ ਵੱਖ-ਵੱਖ ਪੈਨਸ਼ਨ ਸਕੀਮਾਂ ਦੇ ਘੱਟੋ-ਘੱਟ 90248 ਲਾਭਪਾਤਰੀਆਂ ਦੀ ਪਛਾਣ ਮਰਤਕ ਵੱਜੋਂ ਹੋਈ ਹੈ ਤੇ ਜਿਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਤੇ ਲੋੜਵੰਦਾਂ ਨੂੰ ਸਮੇਂ ਸਿਰ ਪੈਨਸ਼ਨ ਦੇ ਯੋਗ ਬਣਾਉਣ ਲਈ ਸਰਕਾਰੀ ਖਜ਼ਾਨੇ ਚੋਂ ਸਾਲਾਨਾ 162.36 ਕਰੋੜ ਰੁਪਏ ਤੋਂ ਵੱਧ ਦਾ ਵਾਅਦਾ ਕਰਨ ਲਈ ਸਰਕਾਰ ਤਿਆਰ ਹੈ ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ GST ਕਲੈਕਸ਼ਨ ਸਿਰਫ 3420 ਰੁਪਏ ਬਾਕੀ ਸੂਬਿਆਂ ਵਿੱਚ ਸਭ ਤੋਂ ਪਿੱਛੇ ਹਿਮਾਚਲ ਦੇ ਵਿੱਚ 6311 ਜੰਦੀਗੜ ਦੇ ਵਿੱਚ 9558 ਤੇ ਹਰਿਆਣਾ ਵਿੱਚ 14894 ਰੁਪਏ ਪ੍ਰਤੀ ਵਿਅਕਤੀ ਹੈ ਪੰਜਾਬ ਦੇ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ GST ਦੀ ਚੋਰੀ ਨੂੰ ਰੋਕਣ ਦੇ ਮਾਮਲੇ ਕਟ ਨਹੀਂ ਹੋ ਰਿਹਾ ਇਸੋ ਇਸ ਗੱਲ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਮੁਕਾਬਲੇ ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ GST ਵਸੂਲੀ ਵਿੱਚ ਸਭ ਤੋਂ ਪਿੱਛੇ ਹੈ ਤੇ ਪੰਜਾਬ ਤੋਂ ਚਾਲੂ ਵਿੱਤੀ ਸਾਲ April ਤੋਂ September ਤੱਕ 6 ਮਹੀਨਿਆਂ 'ਚ ਸਿਰਫ 3420 ਰੁਪਏ ਪ੍ਰਤੀ ਵਿਅਕਤੀ GST ਕਲੈਕਸ਼ਨ ਦਾ ਰਿਕਾਰਡ ਮਿਲਿਆ ਹੈ ਇਨ੍ਹਾਂ ਚਾਰ ਸੂਬਿਆਂ ਦੀ ਵਿੱਚੋਂ ਪੰਜਾਬ ਦੀ ਆਬਾਦੀ ਸਭ ਤੋਂ ਵੱਧ ਹੈ ਤੇ ਲਗਜ਼ਰੀ ਕਾਰਾਂ ਤੋਂ ਲੈ ਕੇ ਹੋਰ ਉਤਪਾਦਾਂ ਦੀ ਵਿਕਰੀ ਵੀ ਸਭ ਤੋਂ ਵੱਧ ਹੈ ਤੇ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਜੀਐਸਟੀ ਦੇ ਵਿੱਚ ਵੱਡੀ ਚੋਰੀ ਹੋ ਰਹੀ ਹੈ ਦਫ਼ਤਰਾਂ ਅੰਦਰ ਮੋਬਾਈਲ ਲਿਜਾਂਤ ਰੋਕਣ ਵਾਲੇ ਅਧਿਕਾਰੀ ਸਾਵਧਾਨ ਸੀਐਮ ਭਗਵੰਤ ਮਾਨ ਲੈਣਗੇ ਸਖਤ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਜਿਹੜੇ ਵੀ ਸਰਕਾਰੀ ਅਧਿਕਾਰੀ ਆਪਣੇ ਦਫ਼ਤਰ ਦੇ ਬਾਹਰ ਮੋਬਾਈਲ ਫੋਨ ਅੰਦਰ ਲਜਾਨ ਤੇ ਪਾਬੰਦੀ ਲਾਉਣ ਦਾ ਬੋਰਡ ਬੁਲਾਵੇਗਾ ਸਰਕਾਰ ਉਸ ਨੂੰ ਆਪਣੇ ਆਪ ਪ੍ਰਸ਼ਟ ਮੰਨ ਲਵੇਗੀ ਤੇ ਉਸਤੇ ਖਿਲਾਫ ਕੇਸ ਦਰਜ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਨੇ ਆਪਣੇ ਗੁਜਰਾਤ ਦੌਰੇ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਚ ਆਮ ਆਦਮੀ ਦੀ ਸਰਕਾਰ ਬਣਦਿਆਂ ਹੀ ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਤੇ ਪੰਜਾਬ ਚ ਹੁਣ ਤੱਕ 200 ਤੋਂ ਵੱਧ ਅਧਿਕਾਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਨੂੰ ਸੁਲਾਖਾਂ ਦੇ ਵਿੱਚ ਭੇਜਿਆ ਜਾ ਚੁੱਕਾ ਹੈ ਪੰਜਾਬ ਦੇ ਵਿੱਚ ਵੱਡਾ ਦਾ ਖੇਡਣ ਦੀ ਤਿਆਰੀ ਚੋਂ ਪਾਜ ਪਾਸ ਸਿੱਖ ਆਗੂ ਵੱਡੇ ਸਿੱਖ ਆਗੂ ਨੂੰ ਬਣਾਇਆ ਜਾ ਸਕਦਾ ਹੈ ਸੂਬਾ ਪ੍ਰਧਾਨ ਵੱਡੀ ਖਬਰ ਆ ਜੀ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੀ ਨਾਰਥ-ਈਸਟ ਅਤੇ ਦੱਖਣ ਸੂਬਿਆਂ ਚੂ ਪੈਰ ਪਸਾਰ ਚੁੱਕੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਤੇ ਆਗਾਮੀ ਚੋਣਾਂ 2022 ਦੀ ਲੋਕ ਸਭਾ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਅੱਗੇ ਕਰਕੇ ਚੋਣ ਮੈਦਾਨ ਫਤਿਹ ਕਰਨ ਦੀ ਤਿਆਰੀ ਕਰ ਰਹੀ ਹੈ ਸਿਰਸਾ ਦਿੱਲੀ ਦੇ ਵੱਡੇ ਸਿੱਖ ਚਿਹਰੇ ਨੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਤੇ ਲਗਾਤਾਰ ਭਾਜਪਾ ਲਈ ਜ਼ਬਰਦਸਤ ਰਾਜਨੀਤਿਕ ਬੱਲੇਬਾਜ਼ੀ ਕਰ ਰਹੇ ਨੇ ਪੰਜਾਬ ਦੇ ਦਰਜਨਾਂ ਸਿੱਖ ਆਗੂਆਂ ਨੂੰ ਉਹ ਭਾਜਪਾ ਜੁਆਇਨ ਕਰਵਾ ਚੁੱਕੇ ਨੇ ਤੇ ਮੀਡੀਆ ਚੂਬੇ ਬਾਕੀ ਨਾਲ ਭਾਜਪਾ ਦੇ ਪੱਖ 'ਚ ਪ੍ਰਚਾਰ ਕਰ ਰਹੇ ਨੇ ਕਿਸਾਨੀ ਸਿੱਖ ਅਤੇ ਪੰਜਾਬ ਦੇ ਮਸਲੇ 'ਚ ਲਗਾਤਾਰ ਭਾਜਪਾ ਦੀ ਮਜ਼ਬੂਤੀ ਨਾਲ ਪੱਖ ਰੱਖਦੇ ਆ ਰਹੇ ਨੇ ਉੜੀਸਾ ਹਾਈ ਕੋਰਟ ਦਾ ਇਤਿਹਾਸਕ ਫੈਸਲਾ ਪੁਨਰਵਾਸ ਯੋਜਨਾ ਤਹਿਤ ਔਰਤਾਂ ਨੂੰ ਨੌਕਰੀ ਲਈ ਅਯੋਗ ਕਰਾਰ ਲਈ ਵਿਆਹ ਨੂੰ ਆਧਾਰ ਬਣਾਉਣਾ ਗਲਤ ਉੜੀਸਾ ਹਾਈ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਇਆ ਹਾਈ ਕੋਰਟ ਨੇ ਫੈਸਲਾ ਦਿੱਤਾ ਜੇ ਕਿਸੇ ਮ੍ਰਿਤਕ ਵਿਅਕਤੀ ਦੀ ਵਿਆਹੀ ਹੋਈ ਧੀ ਉਸ ਦੀ ਜਗ੍ਹਾ ਤੇ ਨੌਕਰੀ ਅਪਲਾਈ ਕਰਦੀ ਤਾਂ ਉਸ ਦੀ ਅਰਜ਼ੀ ਨੂੰ ਰੱਦ ਕਰਨ ਲਈ ਵਿਆਹ ਨੂੰ ਆਧਾਰ ਬਣਾਉਣਾ ਗਲਤ ਹੈ ਕੋਰਟ ਨੇ ਇਹ ਫੈਸਲਾ ਬਸੰਤੀ ਨਾਇਕ ਦੀ ਪਟੀਸ਼ਨ ਤੋਂ ਬਾਅਦ ਸੁਨਾਇਆ ਜਿਸ ਨੇ 2011 ਚ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਪੁਨਰਵਾਸ ਸਹਾਇਤਾ ਯੋਜਨਾ ਤਹਿਤ ਨੌਕਰੀ ਲਈ ਅਪਲਾਈ ਕੀਤਾ ਸੀ ਉਸਨੇ ਪਿਤਾ ਦੀ ਜਗ੍ਹਾ ਸਕੂਲ ਤੋਂ ਟੀਚਰ ਦੀ ਨੌਕਰੀ ਲਈ ਅਪਲਾਈ ਕੀਤਾ ਤੇ ਉਸਦੀ ਅਰਜ਼ੀ ਨੂੰ ਗਰਾਊਂਡ ਤੇ ਰੱਦ ਕਰ ਦਿੱਤਾ ਗਿਆ ਸ਼ਾਦੀ ਸ਼ੁਦਾ ਤੇ 2008 ਚ ਉਸਦੀ ਅਰਜ਼ੀ ਰੱਦ ਕੀਤੀ ਗਈ ਹੈ ਪਤਨੀ ਨਾਲ ਸ਼੍ਰੀ ਦਰਬਾਰ ਸਾਹਿਬ ਨਾਤਮਸਤਕ ਹੋਏ ਸੁਨੀਲ ਸ਼ੈਟੀ ਕਿਹਾ ਇੱਥੇ ਵਕਰੀ ਕਿਸਮ ਦੀ ਸੰਤੁਸ਼ਟੀ ਅਤੇ ਖੁਸ਼ੀ ਮਿਲਦੀ ਹੈ ਉਹਨਾਂ ਦੀ ਪਤਨੀ ਮਾਨਾ ਨੇ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਬਾਅਦ ਚ ਗੁਰਦੁਆਰੇ ਚੋਂ ਤਸਵੀਰਾਂ ਖਿਚਵਾਉਣ ਦੇ ਨਜ਼ਾਰੇ ਗੈਂਗਸਟਰ ਦੀਪਕ ਟੀਨੂ ਦਾ ਪੰਜਾਬ ਪੁਲਿਸ ਨੂੰ ਨਹੀਂ ਮਿਲਿਆ ਰਿਮਾਂਡ ਪੰਜਾਬ ਪੁਲਿਸ ਦੀ ਗ੍ਰਿਫਤੂ ਫਰਾਰ ਹੋਏ ਸਿੱਧੂ ਮੂਸੇਵਾਲਾ ਕਤਲ ਮਾਮਲੇ ਜੋ ਸ਼ਾਮਲ ਗੈਂਗਸਟਰ ਦੀਪਕ ਟੀਨੂ ਦਾ ਟ੍ਰਾਂਨਜ਼ਿਟਰ ਮਾੜ ਲੈਣ ਲਈ ਪੰਜਾਬ ਪੁਲਿਸ ਦਿੱਲੀ ਪਹੁੰਚੀ ਪਰ ਉਸ ਨੂੰ ਖਾਲੀ ਹੱਥ ਬੇਰੰਗ ਪੱਤਰ ਪ੍ਰਤਨਾਪਿਆ ਦਿੱਲੀ ਪੁਲਿਸ ਨੂੰ ਗੈਂਗਸਟਰ ਟੀਨੂ ਦਾ 3 ਦਿਨ ਦਾ ਹੋਰ ਰਿਮਾਨਡ ਮਿਲਿਆ ਤੇ ਦੂਜੇ ਪਾਸੇ ਪੰਜਾਬ ਪੁਲਿਸ ਨੂੰ ਟੀਨੂ ਨੂੰ ਟਰਾਂਜ਼ਿਟਰ ਰਿਮਾਨਡ ਤੇ ਲਿਆ ਕੇ ਪੁੱਛ ਪੜਤਾਲ ਕਰਨਾ ਚਾਹੁੰਦੀ ਸੀ ਕਿ ਹਿਰਾਸਤ ਚੋਂ ਭਜਨ ਦੀ ਉਸ ਦੀ ਕਿਸ ਨੇ ਉਸ ਦੀ ਮਦਦ ਕੀਤੀ ਹੈ ਦੱਸਦੀ ਹੈ ਪੰਜਾਬ ਪੁਲਿਸ ਦੀ ਹਿਰਾਸਤ ਚੋਂ ਫਰਾਰ ਹੋਏ ਟੀਨੂ ਨੂੰ ਦਿੱਲੀ ਪੁਲਿਸ ਨੇ ਅਜਮੇਰ ਤੋਂ ਗ੍ਰਿਫਤਾਰ ਕੀਤਾ ਪੁਲਿਸ ਨਾਲ ਸਿੱਧੇ ਮੁਕਾਬਲੇ ਵਿੱਚ ਗੈਂਗਸਟਰ ਹੋਇਆ ਫਰਾਰ ਸੰਸਦ ਬਿੱਟੂ ਨਾਲ ਗੈਂਗਸਟਰ ਦੀਆਂ ਤਸਵੀਰਾਂ ਹੋਈਆਂ ਵਾਇਰਲ ਪੁਲਿਸ ਅਤੇ ਗੈਂਗਸਟਰ ਦੇ ਸਿੱਧੇ ਮੁਕਾਬਲੇ 'ਚ ਜਤਿੰਦਰ ਜਿੰਦੀਨਾ ਦਾ ਗੈਂਗਸਟਰ ਫਰਾਰ ਹੋਣ ਦਾ ਕੰਮਜਾਬ ਹੋ ਗਿਆ ਫਰਾਰ ਹੋਏ ਗੈਂਗਸਟਰ ਦੀਆਂ ਤਸਵੀਰਾਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟਰ ਅਗਨੀਤ ਬਿੱਟੂ ਦੇ ਨਾਲ ਵਾਇਰਲ ਹੋ ਗਈਆਂ ਨੇ ਸੋ ਜਲੰਧਰ ਬਾਈਪਾਸ ਤੇ ਹਫੜਾ ਦਫੜੀ ਮੱਝ ਗਈ ਜਦੋਂ ਕੀਤੀ ਗਈ ਨਾਕੇਬੰਦੀ ਦੌਰਾਨ ਸੀ ਗ੍ਰੇਡ ਦਾ ਗੈਂਗਸਟਰ ਪੁਲਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਚ ਕਾਮਯਾਬ ਹੋ ਗਿਆ ਹੈ ਦੱਸਦੀ ਹੈ ਕਿ ਫਰਾਰ ਗੈਂਗਸਟਰ ਕੌਂਸਲਰ ਦੀ ਚੋਣ ਵੀ ਲੜ ਚੁੱਕਾ ਜਿਸ ਦੀਆਂ ਤਸਵੀਰਾਂ ਲਗਾਤਾਰ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿਧਾਇਕ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਅਮਰਤਸਰ ਅਟਾਰੀ ਬਾਰਡਰ ਤੇ ਪਹੁੰਚੇ ਸੁਨੀਲ ਸ਼ਾਟੀ ਨੇ ਬੀਐਸਐਫ ਹੀਰੋ ਮੈਰਾਥਨ ਜੇਤਵਾਂ ਨੂੰ ਕੀਤਾ ਸਨਮਾਨਿਤ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਕਰ ਸਕਣਗੇ ਮਨਮਾਨੀਆਂ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ ਸੋ ਇਸ ਲਈ ਕੇਂਦਰ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ ਤੇ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਇਹਨਾਂ ਸੋਸ਼ਲ ਮੀਡੀਆ ਸਾਈਟਾਂ ਵਿਰੁੱਧ ਸ਼ਿਕਾਇਤਾਂ ਲਈ ਅਪੀਲ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਜੀ ਸਰਕਾਰ ਜਲਦੀ ਇਸ ਦਾ ਅਧਿਕਾਰਤ ਐਲਾਨ ਕਰੇਗੀ ਇਸ ਸ਼ਿਕਾਇਤ ਪੈਨਲ ਤੇ ਉਪਭੋਗਤਾ ਨੂੰ ਕਿਸੇ ਵੀ ਤਰ੍ਹਾਂ ਦਾ ਗਲਤ ਵਿਵਹਾਰ ਦੀ ਸ਼ਿਕਾਇਤ ਦਰਜ ਕਰ ਸਕਣਗੇ ਸਰਕਾਰ ਦਾ ਇਹ ਫੈਸਲਾ ਉਪਭੋਗਤਾਵਾਂ ਦੇ ਖਾਤੇ ਨੂੰ ਬੰਦ ਕਰਨ ਉਹਨਾਂ ਦੇ ਫਾਲੋਅਰਸ ਨੂੰ ਘਟਾਉਣ ਵਿਧਾਨ ਤੇ ਬੇਤੁੱਕੇ ਇਸ਼ਤਿਹਾਰਾਂ ਦੇ ਮੱਦੇਨਜ਼ਰ ਇੱਕ ਅਪੀਲ ਕਮੇਟੀ ਦਾ ਗਠਨ ਕਰਨ ਲਈ ਮਹੱਤਵਪੂਰਨ ਹੈ ਤੇ ਕਮੇਟੀ ਦਾ ਫੈਸਲਾ ਹਰ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਪ੍ਰਮਾਣ ਕਰਨਾ ਪਵੇਗਾ ਰਾਜਾ ਵੜਿੰਗ ਨੇ ਸੂਬਾ ਸਰਕਾਰ ਦੀ ਵਿੱਤੀ ਫਜ਼ੂਲ ਖਰਚੀ ਵਿਰੁੱਧ ਦਿੱਤੀ ਚੇਤਾਵਨੀ ਕਿਹਾ ਪੰਜਾਬ ਨੂੰ ਦਿਵਾਲੀਏ ਪੰਨ ਵੱਲ ਤੱਕ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੋਸਤੋ ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਕਮੈਂਟ ਦੇ ਵਿੱਚ ਯੈਸ ਲਿਖੋ ਨਹੀਂ ਤਾਂ ਨੋ ਲਿਖ ਸਕਦੇ ਹੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿੱਤੀ ਫਜ਼ੂਲ ਖਰਚੀ ਵਿਰੁੱਧ ਚੇਤਾਵਨੀ ਦਿੱਤੀ ਜੋ ਸੂਬੇ ਨੂੰ ਦਿਵਾਲੀਏ ਪਨ ਵੱਲ ਧੱਕ ਸਕਦੀ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਜਿਸ ਦਰ ਤੇ ਕਰਜ਼ਾ ਲੈ ਰਹੀ ਹੈ ਉਸ ਨਾਲ ਪਹਿਲਾਂ ਹੀ ਕਰਜ਼ਾਈ ਸੂਬੇ ਦੀ ਕਰਜ਼ੇ ਦੇ ਘਟੋਕਾ ਟੱਕ 1 ਲੱਖ ਕਰੋੜ ਰੁਪਏ ਦਾ ਵਾਅਦਾ ਹੋਵੇਗਾ ਉਨ੍ਹਾਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ ਸੂਬੇ ਨੇ 11464 ਕਰੋੜ ਰੁਪਏ ਦਾ ਕਰਜ਼ਾ ਲਿਆ ਜਿਸ ਦਾ ਮਤਲਬ ਹੈ ਕਿ 5 ਸਾਲਾਂ ਦੇ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਜਾ ਚੁੱਕਾ ਹੈ। ਮੂਸੇਵਾਲ ਦੇ ਕਾਤਲ ਨੂੰ ਹੋਈ 3 ਸਾਲ ਦੀ ਸਜ਼ਾ ਅਤੇ 25000 ਰੁਪਏ ਜੁਰਮਾਨਾ ਸੁਭਮਨ ਪ੍ਰੀਤੁਰਫਮੰਨਾ ਵਾਸੀ ਤਲਵੰਡੋ ਸਾਗੂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਰਾਜਵੰਦਰ ਕੌਰ ਦੀ ਅਦਾਲਤ ਨੇ ਡਕੈਤੀ ਦੇ ਇੱਕ ਕੇਸ ਵਿੱਚ 3 ਸਾਲ ਦੀ ਕੈਦ ਤੇ 2500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈਆ ਫਰਵਰੀ 2015 ਨੂੰ ਦਾਖਾ ਪੁਲਿਸ ਨੇ ਹਸ਼ਿਆਰਪੁਰ ਦੇ ਸਤਨਾਮ ਸਿੰਘ ਦੇ ਬਿਆਨਾਂ ਦੇਣ ਪਛਾਤੇ ਵਿਅਕਤੀਆਂ ਖਿਲਾਫ ਡਕੈਤੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਹਸ਼ਿਆਰਪੁਰ ਮੈਡੀਕਲ ਸਟੋਰ ਦੇ ਮਾਲਕ ਬਲਵੰਤ ਸਿੰਘ ਦਾ ਡਰਾਈਵਰ ਹੈ ਕੜਨਾ ਵਾਲੇ ਦਿਨ ਆਪਣੇ ਮਾਲਕ ਅਤੇ ਪਰਿਵਾਰ ਨੂੰ ਐਂਡਐਵਰ ਗੱਡੀ 'ਚ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਮੈਰਿਜ ਪੈਲਸ ਲੈ ਕੇ ਆਇਆ ਪਰਿਵਾਰ ਸਮਾਗਮ ਵਿੱਚ ਗਿਆ ਡਰਾਈਵਰ ਨੇ ਕਾਰ ਪੈਲਸ ਦੀ ਪਾਰਕਿੰਗ 'ਚ ਰੱਖ ਦਿੱਤੀ ਉਸ ਵਿੱਚ ਲੇਟ ਗਿਆ ਤੇ ਦੋ ਵਿਅਕਤੀ ਆਏ ਜਦੋਂ ਕਾਰ ਸਟਾਰਟ ਕੀਤੀ ਤਾਂ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਇਸ ਦੌਰਾਨ ਮੁੱਲਜ਼ਮ ਦੀ ਪਿਸਤੌਲ ਵੀ ਡਰਾਈਵਰ ਦੇ ਹੱਥ ਆ ਗਈ ਤੇ ਉਹ ਪੈਲਸ ਵੱਲ ਭੱਜ ਗਿਆ ਤੇ ਸੁਰੱਖਿਆ ਕਰਮਚਾਰੀਆਂ ਨੂੰ ਸਾਰੀ ਗੱਲ ਦੱਸ ਦਿੱਤੀ 10ਵੀਂ ਪਾਸ ਨੌਜਵਾਨਾਂ ਲਈ ਭਰਤ ਪਾਰਤੀ ਰੇਲਵੇ ਚ 6200 ਤੋਂ ਵੱਧ ਅਸਾਮੀਆਂ ਤੇ ਨਿਕਲੀ ਭਰਤੀ ਇੰਜ ਕਰੋ ਅਪਲਾਈ ਰੇਲਵੇ ਵਿੱਚ ਐਪ੍ਰੈਂਟਿਸ ਦੀਆਂ 6265 ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ ਜੇ ਦੱਖਣੀ ਰੇਲਵੇ ਨੇ 3150 ਤੇ ਪੂਰਬੀ ਰੇਲਵੇ ਨੇ 3115 ਐਪ੍ਰੈਂਟਿਸ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਆ ਤੇ 10ਵੀਂ ਪਾਸ ਨੌਜਵਾਨ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਨੇ ਪਾਬੰਦੀ ਦੇ ਬਾਵਜੂਦ ਨੌਜਵਾਨ ਨੇ ਚਲਦੀ ਕਾਰ ਚੁਕੀਤੀ ਅੱਤਸ਼ਬਾਜ਼ੀ ਤਿੰਨ ਨੌਜਵਾਨ ਗ੍ਰਿਫਤਾਰ ਐਨਸੀਆਰ ਤੋਂ ਮਾਮਲਾ ਸਾਹਮਣੇ ਆਇਆ ਜਿਥੇ ਪਟਾਕਿਆਂ ਦੀ ਪਾਬੰਦੀ ਦੇ ਬਾਵਜੂਦ ਕਈ ਇਲਾਕਿਆਂ 'ਚ ਪਟਾਕੇ ਚਲਾਏ ਗਏ ਨੇ ਸ਼ਰਿਆਮਨ ਨਿਜ਼ਮਾ ਦੀਆਂ ਤਜੀਆਂ ਉਡਾਈਆਂ ਗਈਆਂ ਨੇ ਵਾਇਰਲ ਵੀਡੀਓ ਮੁਤਾਬਕ ਗੁਰੂਗ੍ਰਾਮ ਤੋਂ ਚਲਦੀ ਕਾਰ ਚੁੱਕ ਨੌਜਵਾਨ ਵੱਲੋਂ ਅੱਤਸ਼ਬਾਜ਼ੀ ਕੀਤੀ ਗਈ ਜਿਸ ਦੀ ਵੀਡੀਓ ਲੋਕਾਂ ਦੇ ਵੱਲੋਂ ਬਣਾ ਲਈ ਗਈ ਤੇ ਪੁਲਿਸ ਨੂੰ ਦੇ ਦਿੱਤੀ ਗਈ ਪੁਲਿਸ ਨੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਗੁਜਰਾਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ 13 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਨੇ ਹੁਣ ਤੱਕ 86 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਤੇ ਉਮੀਦਵਾਰਾਂ ਦੀ ਸੱਜਰੀ ਸੂਚੀ ਪਾਰਟੀ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਵੱਲੋਂ ਜਾਰੀ ਕੀਤੀ ਗਈ ਹੈ। ਸੋਸ਼ਲ ਮੀਡੀਆ ਬਣ ਰਿਹਾ ਅੱਤਵਾਦੀਆਂ ਦਾ ਹਥਿਆਰ ਯੂਐਨਐਸਸੀ ਦੀ ਵਿਸ਼ੇਸ਼ ਬੈਠਕ ਵਿੱਚ ਜੈ ਸ਼ੰਕਰ ਨੇ ਪਾਕਿਸਤਾਨ ਦਾ ਨਾ ਲਏ ਬਿਨਾ ਵਿੰਨਿਆ ਨਿਸ਼ਾਨਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਸੰਯੁਕਤ ਰਾਸ਼ਟਰ ਦੀ ਅੱਤਵਾਦ ਰੋਕੂ ਬੈਠਕ 'ਚ ਅੱਤਵਾਦ ਦੇ ਆਲਮੀ ਖਤਰੇ ਨੂੰ ਇੱਕ ਵਾਰ ਫਿਰ ਦੁਨੀਆ ਸਾਹਮਣੇ ਲਿਆਂਦਾ ਐ ਐਸ ਜੇ ਸ਼ੰਕਰ ਨੇ ਕਿਹਾ ਕਿ ਅੱਤਵਾਦ ਦਾ ਖਤਰਾ ਸਿਰਫ ਏਸ਼ੀਆ ਅਤੇ ਅਫਰੀਕਾ ਨਹੀਂ ਸਗੋ ਪੂਰੇ ਦੁਨੀਆ ਨੂੰ ਐ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਚੁੱਕੇ ਗਏ ਕਈ ਕਦਮਾਂ ਦੇ ਬਾਵਜੂਦ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖਤਰਾ ਬਣ ਗਿਆ ਦਿੱਲੀ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਤੇ ਸੁਰੱਖਿਆ ਵਿਰੋਧੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੈ ਸ਼ੰਕਰ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ। ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ ਜੀ ਸ਼ਾਮਲਟ ਜ਼ਮੀਨਾਂ ਦੀ ਮਾਲਕੀ ਮੁੜ ಗ್ರಾಮ ਪੰਚਾਇਤਾਂ ਦੇ ਨਾਂ ਕਰਨ ਦੇ ਹੁਕਮ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਵਾਰ ਫਿਰ ਸ਼ਾਮਲਟ ਜ਼ਮੀਨਾਂ ਦੀ ਮਾਲਕੀ ಗ್ರಾಮ ਪੰਚਾਇਤਾਂ ਦੇ ਨਾਂ ਕਰਨ ਦਾ ਫੈਸਲਾ ਤੇ ਇਸ ਸਬੰਧੀ ਸਮੂਹ ਡਿਪਟੀ ਟੀਮ ਡਿਪਟੀ ਨਿਸ਼ਰਾ ਨੂੰ ਬਕਾਇਦਾ ਮਾਲ ਅਤੇ ਮੁਰਵ ਸੇਵਾ ਵਿਭਾਗ ਵੱਲੋਂ ਜਾਰੀ ਪੱਤਰ ਕੀਤੇ ਗਏ ਨੇ ਪੰਜਾਬ ਸਰਕਾਰ ਨੇ ਇੰਤਕਾਲ ಗ್ರಾಮ ਦੇ ਨਾਮ ਜਾਰੀ ਕਰਨ ਮਗਰੋਂ ਜ਼ਮੀਨਾਂ ਦੇ ਕਬਜ਼ੇ ਲੈਣ ਦੀ ਗੱਲ ਆਖੀ ਹੈ ਤੇ ਮਾਲ ਅਫਸਰਾਂ ਨੂੰ ਇਸ ਪ੍ਰਗਤੀ ਰਿਪੋਰਟ ਭੇਜਣ ਲਈ ਵੀ ਕਿਹਾ ਤੇ ਹੁਕਮ ਹੈ ਕਿ ਜਿਨ੍ਹਾਂ ਜ਼ਮੀਨਾਂ ਦੇ ਕੇਸ ਕਲੈਕਟਰ ਜਾਂ ਅਦਾਲਤਾਂ ਕੋਲੇ ਚੱਲ ਰਹੇ ਹਨ ਉਹਨਾਂ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਹਵਾਲੇ ਨਾਲ ਹਲਫੀਆ ਬਿਆਨ ਦੇਖ ਕੇ ਕੇਸ ਖਤਮ ਕਰਾਇਆ ਜਾਣ ਪੱਤਰ ਅਨੁਸਾਰ ਜਿੰਨਾ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਤੇ ਜੁਮਲਾ ਮੁਸਤਕਰ ਮਾਲਕਾਨਾ ਜ਼ਮੀਨਾਂ ਹੁਣ ਹੱਦਾਂ ਵਿੱਚ ਵਧਾ ਹੁਣ ਮਗਰੋਂ ਨਗਰ ਕੌਂਸਲ ਦੀ ਹਦੂਦ ਝੁ ਆ ਗਈਆਂ ਹਨ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਵਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਕੇਂਦਰੀ ਕਮਿਸ਼ਨ ਨੇ ਕੀਤਾ ਵੱਡਾ ਦਾਵਾ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਵਰਤਨ ਮੰਤਰਾਲੇ ਨੇ ਕਿਹਾ ਕਿ ਐਨਸੀਆਰ ਦੇ ਆਸ-ਪਾਸ ਖੇਤਰਾ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਲਈ ਕਮਿਸ਼ਨ ਨੇ ਰਾਜ ਵਿਸ਼ੇਸ਼ ਕਾਰਜ ਯੋਜਨਾ ਨੂੰ ਲਾਗੂ ਕਰਨ ਲਈ ਵਿਧਾਇਕ ਵਿਧਾਨਕ ਨਿਰਦੇਸ਼ ਜਾਰੀ ਕੀਤੇ ਨੇ ਪੰਜਾਬ 'ਚ ਇਸ ਸਾਲ ਪ੍ਰਾਲੀ ਸਾੜਨ ਦੀਆਂ ਵਧੀਆਂ ਘਟਨਾਵਾਂ ਦੇ ਮੱਦੇਨਜ਼ਰ ਇਹ ਗੱਲ ਸਾਹਮਣੇ ਆਈ ਹੈ ਸੈਸਿੰਗ ਡੇਟਾ ਦੇ ਅਨੁਸਾਰ 24 ਅਕਤੂਬਰ 2022 ਤੱਕ ਪੰਜਾਬ 'ਚ ਸਿਰਫ 39% ਵੀ ਜੇ ਗੈਰ ਰਕਬੇ ਦੀ ਕਟਾਈ ਕੀਤੀ ਗਈ ਤੇ ਇਸ ਤਰ੍ਹਾਂ ਅਗ ਦੀਆਂ ਘਟਨਾਵਾਂ ਵਧ ਰਹੀਆਂ ਗਿਣਤੀ ਚਿੰਤਾ ਦਾ ਵਿਸ਼ਾ ਹੈ ਤੇ ਇਸਰੋ ਰਾਹੀਂ ਸੀਏ ਕਯੂਐਮ ਲਈ ਤਿਆਰ ਕੀਤੇ ਸਟੈਂਡਰਡ ਪ੍ਰੋਟੋਕੋਲ ਦੇ ਅਨੁਸਾਰ 15 ਸਤੰਬਰ 2022 ਤੋਂ 6 ਅਕਤੂਬਰ 2022 ਤੱਕ ਪੰਜਾਬ ਵਿੱਚ ਛੋਨੇ ਦੇ ਰੈਂਦਕੁੰਦ ਨੂੰ ਸਾੜਨ ਦੀਆਂ ਕੁੱਲ ਘਟਨਾਵਾਂ ਪਿਛਲੇ ਸਾਲ ਦੀ ਇਸੇ ਮਿਆਦ ਦੇ 6463 ਦੇ ਮੁਕਾਬਲੇ 7036 ਰਿਪੋਰਟਾਂ ਆਈਆਂ ਨੇ ਬਾਲ ਦੇ ਵਿਸਤੇ ਸਿੱਖਿਆ ਵਿਭਾਗ ਕਰੇਗਾ ਨਵੀਂ ਪੈਲ ਹਰੇਕ ਸਰਕਾਰੀ ਸਕੂਲ ਦਾ ਤਿਆਰ ਹੋਵੇਗਾ ਆਪਣਾ ਮੈਗਜ਼ੀਨ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਕਲਾਤਮਕ ਰਚਨਾਤਮਕ ਤੇ ਸਾਹਿਤਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰ ਸਕੂਲ ਦਾ ਆਪਣਾ ਸਕੂਲ ਮੈਗਜ਼ੀਨ ਤਿਆਰ ਕਰਵਾ ਕੇ ਉਸ ਨੂੰ ਨਵੰਬਰ ਮਹੀਨੇ ਚ ਜਾਰੀ ਕਰਨ ਦੀ ਯੋਜਨਾ ਬਣਾਈ ਆ ਸਟੇਟ ਸਿੱਖਿਆ ਖੋਜ ਤੇ ਸਖਲਾਈ ਪਿੜੀਸ਼ਦ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਸਾਰੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਸ ਅਨੁਸਾਰ ਸਕੂਲਾਂ ਵੱਲੋਂ ਸਕੂਲ ਮੈਗਜ਼ੀਨ ਹੱਥ ਤਲਿਖਤਾਂ ਜਾਂ ਪ੍ਰਿੰਟਡ ਕਿਸੇ ਵੀ ਰੂਪ ਵਿੱਚ ਤਿਆਰ ਕੀਤਾ ਜਾ ਸਕਦਾ ਹੈ ਵੱਡਾ ਹਾਦਸਾ ਇੰਡੀਗੋ ਦੀ ਫਲਾਈਟ ਨਾਲ ਟਲਿਆ ਜੀ ਉਡਾਨ ਤੋਂ ਪਹਿਲਾਂ ਇੰਜਨ ਨੂੰ ਲੱਗੀ ਅੱਗ ਰੋਕਿਆ ਗਿਆ ਟੇਕ-ਆਫ ਦਿੱਲੀ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਸ਼ੁੱਕਰਵਾਰ ਉਸ ਦੇ ਇੰਜਨ 'ਚ ਅੱਗ ਲੱਗਣ ਨਾਲ ਦਿੱਲੀ ਹਵਾਈ ਅੱਡੇ ਤੇ ਉਤਾਰਨਾ ਪਿਆ ਜਹਾਜ਼ 99 ਤੇ ਦੌੜ ਗਿਆ ਅਗਲੇ ਕੁਝ ਸਕਿੰਟਾਂ ਤੋਂ ਟੇਕ-ਆਫ ਕਰਨ ਵਾਲਾ ਸੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦਿੱਲੀ ਤੋਂ ਬੈਂਗਲੁਰੂ ਇੰਡੀਗੋ ਦੀ ਉਡਾਨ ਨੰਬਰ E6C2113 ਨੇ 9:45 ਦੇ ਕਰੀਬ ਆਪਣਾ ਟੇਕ-ਆਫ ਰੱਦ ਕਰ ਦਿੱਤਾ ਪੂਰੀ ਤਰ੍ਹਾਂ ਐਮਰਜੈਂਸੀ ਕੋਸ਼ਤ ਕਰ ਦਿੱਤੀ ਕਿ ਦਿੱਲੀ ਪੁਲਿਸ ਨੇ ਕਿਹਾ ਕਿ ਸਾਰੇ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਸੁਰੱਖਿਤਾ ਨੂੰ ਫਲਾਈਟ 184 ਲੋਕ ਸਵਾਰ ਸਨ ਅਦਾਲਤ ਵਿੱਚ ਨਿੱਜੀ ਪੇਸ਼ੀ ਤੋਂ ਸੁਖਬੀਰ ਬਾਦਲ ਨੂੰ ਪੱਕੀ ਸ਼ੋਟ ਮਿਲੀ ਸ਼ੋਮਨੀ ਕਾਲੀਦਲ ਵੱਲੋਂ ਦੋਸ਼ਵਧਾਨ ਰੱਖਣ ਦੇ ਮਾਮਲੇ 'ਚੋਂ ਹਸ਼ਿਆਰਪੁਰ ਦੇ ਵਿਧੇ ਇੱਕ ਚੀਫ ਜੁਡੀਸ਼ੀਅਲ ਮੈਜਿਸਟਰ ਰੁਪਿੰਦਰ ਸਿੰਘ ਦੀ ਅਦਾਲਤ ਨੇ ਅੱਜ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਰਾਹਤ ਦਿੰਦਿਆਂ ਨਿੱਜੀ ਪੇਸ਼ੀ ਤੋਂ ਪੱਕੀ ਛੋੜ ਦੇ ਦਿੱਤੀ ਹੈ ਵਿਦਿਆਰਥੀਆਂ ਚੋਂ ਛੁਪੀਆਂ ਕਲਾਤਮਕ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਹਰ ਸਰਕਾਰੀ ਸਕੂਲ ਆਪਣਾ ਮੈਗਜ਼ੀਨ ਕੱਢੇ ਹਰਜੂਤ ਬੈਂਸ ਦਾ ਵੱਡਾ ਬਿਆਨ ਤੇ ਨਿੱਕਾ ਜਿਹਾ ਐਲਾਨ ਪੁਲਿਸ ਫਿਰ ਸਵਾਲਾਂ ਦੇ ਘੇਰੇ ਚ ਦੁਕਾਨ ਤੇ ਕਬਜ਼ਾ ਕਰਨ ਨੂੰ ਲੈ ਕੇ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਫਰੋਜ਼ਪੁਰ ਨੂੰ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਬਾਰੇਕੇ ਦੇ ਵਿੱਚ ਇੱਕ ਦੁਕਾਨ ਤੇ ਕਬਜ਼ਾ ਕਰਨ ਨੂੰ ਲੈ ਕੇ ਦੁਕਾਨ ਮਾਲਕ ਤੇ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ ਜੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਚੌਕੀ ਬਾਰੇ ਕੇ ਗਾਇਤਾ ਚੌਕੀ ਇੰਚਾਰਜ ਵੱਲੋਂ ਹਮਲਾਵਰਾਂ ਤੇ ਕਾਰਵਾਈ ਨਾ ਕਰਨ ਦੀ ਵਿਧਾਇ ਉਹਨਾਂ ਕੋਲੋਂ 50000 ਰੁਪਏ ਦੀ ਮੰਗ ਕੀਤੀ ਗਈ ਕੁਝ ਵੀ ਫਾਰਵਰਡ ਕਰਨ ਤੋਂ ਪਹਿਲਾਂ 10 ਵਾਰ ਸੋਚੋ ਫੇਕ ਨਿਊਜ਼ ਤੇ ਪੀਐਮ ਮੋਦੀ ਦਾ ਵੱਡਾ ਬਿਆਨ ਹੈ ਜੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੇਕ ਨਿਊਜ਼ ਰਾਸ਼ਟਰੀ ਚਿੰਤਾ ਦਾ ਵਿਸ਼ਾ ਬਨਨ ਦੀ ਸਮਰੱਥਾ ਰੱਖਦੀ ਹੈ ਤੇ ਇਸ ਲਈ ਦੇਸ਼ ਨੂੰ ਇਹਨਾਂ ਤੇ ਰੋਕ ਲਾਉਣ ਲਈ ਆਧੁਨਿਕ ਟੈਕਨੋਲੋਜੀ ਤੇ ਜ਼ੋਰ ਦੇਣਾ ਹੋਵੇਗਾ। ਬਿਨਾਂ ਹੱਥਾਂ ਪੈਰਾਂ ਦੇ ਜੰਮਿਆ ਬੱਚਾ ਨਰਸਿੰਗ ਹੋਮ ਨੂੰ ਗਲਤ ਰਿਪੋਰਟ ਦੇਣ ਤੇ 10 ਲੱਖ ਰੁਪਏ ਦਾ ਜੁਰਮਾਨਾ ਐਨਐਚਏਆਈ ਨੇ ਜਾਰੀ ਕੀਤਾ ਇਨਫਰਾਸਟ੍ਰਕਚਰ ਬਾਂਡ 10000 ਰੁਪਏ ਤੋਂ ਸ਼ੁਰੂ ਕਰ ਰਹੇ ਹੋ ਜੀ ਨਿਵੇਸ਼ ਮਿਲੇਗਾ ਐਫ ਡੀ ਤੋਂ ਵੱਧ ਵਿਆਜ ਸੋ ਐਨ ਐਚ ਏ ਆਈ ਨੇ ਹਾਲੀ ਦੇ ਵਿੱਚ ਜਾਰੀ ਕੀਤੇ 1430 ਕਰੋੜ ਰੁਪਏ ਦੇ ਇਨਵੈਸਟ ਅਪੋਰਚੂਨ ਨਿਵੇਸ਼ਕਾਂ ਦਮਦਾਰ ਹੁੰਗਾਰੇ ਤੋਂ ਬਾਅਦ ਕੇਂਦਰ ਸਰਕਾਰ ਨੇ ਫੰਡ ਇਕੱਠਾਉਣ ਦੇ ਲਈ ਐਨ ਐਚ ਏ ਆਈ ਦੇ ਇਨਵਾਈਟ ਬਾਂਡ ਇੱਕ ਵਾਰ ਫਿਰ ਜਾਰੀ ਕੀਤੇ ਨੇ ਨਿਵੇਸ਼ਕਾਂ ਦੇ ਵੱਲੋਂ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਜੀ ਮਿਊਚੁਅਲ ਫੰਡ ਦੀ ਤਰ੍ਹਾਂ ਵਿੱਤੀ ਸਾਧਨਾਂ ਤੇ ਬੁਨਿਆਦੀ ਢਾਂਚੇ ਦੇ ਵੱਡੇ ਪ੍ਰੋਜੈਕਟ ਜਾਰੀ ਕਰ ਰਹੇ ਨੇ ਸੋ 10 ਹਜ਼ਾਰ ਦੇ ਨਿਵੇਸ਼ ਨਾਲ ਇਨਵੀਟ ਨੂੰ ਨਿਵੇਸ਼ ਕਰ ਸਕਦੇ ਹੋ ਤੇ ਨਿਵੇਸ਼ਕਾਂ ਨੂੰ 8.5% ਸਾਲਾਨਾ ਵਿਆਜ ਦਿੱਤਾ ਜਾਵੇਗਾ ਜੋ ਬੈਂਕ ਵਿੱਚ ਮਿਲਣ ਵਾਲੇ ਵਿਆਸ ਦੇ ਨਾਲੋਂ ਜ਼ਿਆਦਾ ਹੈ ਐਨਆਰਆਈ ਥਾਨਿਆਂ ਚ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਨੂੰ ਪੂਰੀ ਤਰਜੀਹ ਦੇ ਕੇ ਠੁਕਮੀ ਕਾਰਵਾਈ ਯਕੀਨੀ ਬਣਾਈ ਜਾਵੇ ਕੁਲਦੀਪ ਤਾਲੀਵਾਲ ਦਾ ਵੱਡਾ ਬਿਆਨ ਪੁਰਾਣਾ ਕਰਜ਼ਾ ਮੋੜਨ ਲਈ ਮਾਨ ਸਰਕਾਰ ਨੇ 6 ਮਹੀਨਿਆਂ 'ਚ ਲਿਆ 11464 ਕਰੋੜ ਰੁਪਏ ਦਾ ਕਰਜ਼ਾ ਆਮ ਆਦਮੀ ਪਾਰਟੀ ਵਾਲੀ ਸਰਕਾਰ ਜਿਹੜੀ ਕਿ ਸੂਬੇ ਦੀ ਹੈ ਆਪਣੇ ਸ਼ਾਸਨ ਦੇ ਪਹਿਲੇ 6 ਮਹੀਨਿਆਂ 'ਚ 11464 ਕਰੋੜ ਰੁਪਏ ਦਾ ਕਰਜ਼ਾ ਲਿਆ ਤੇ ਇਹ ਚਾਲੂ ਵਿੱਤੀ ਸਾਲ ਇਸ ਦੇ ਟੀਚੇ ਦਾ 48% ਹੈ ਤੇ ਉਧਾਰ ਲਈ ਗਈ ਕੁੱਲ ਰਕਮ ਵਿੱਚੋਂ ਲਗਭਗ 68% ਦੀ ਭਾਵ 7803 0.51 ਕਰੋੜ ਰੁਪਏ ਰਾਜ ਦੇ 284000 ਕਰੋੜ ਰੁਪਏ ਦੇ ਸੰਚਿਤ ਕਰਜ਼ੇ ਉੱਤੇ ਵਿਆਜ ਦੀ ادائیگی ਤੇ ਖਰਚ ਕੀਤੇ ਗਏ ਨੇ। ਵਿਕਰੀਕਰ ਗ੍ਰਾਵਟ ਹੈ ਜੀ ਕੈਗ ਦੇ ਦੁਆਰਾ ਜਾਰੀ ਕੀਤੇ ਗਏ ਆਡਿਟ ਤੇ ਜਾਰੀ ਅੰਕੜੇ ਅਨੁਸਾਰ ਇਸ ਦੇ ਵਿੱਚ ਵੱਡੀ ਘਰਾਵਟ ਹੈ। ਮਸਕਟ ਚ ਫਸੇ 15 ਪੰਜਾਬੀਆਂ ਸਣੇ 40 ਭਾਰਤੀ ਪੰਜਾਬ ਦੇ ਨੌਜਵਾਨਾਂ ਨੇ ਵੀਡੀਓ ਭੇਜ ਕੇ ਭਗਵੰਤ ਮਾਨ ਤੋਂ ਲਈ ਮਦਦ ਦੀ ਗੁਹਾਰ। ਹੁਣ ਤੇਰੀ ਨਾਲ ਨਹੀਂ ਪਹੁੰਚੇਗੀ ਐਂਬੂਲੈਂਸ ਨਿਯਮ ਤੋੜਿਆ ਦਾ ਲੱਗੇ 1 ਲੱਖ ਰੁਪਏ ਦਾ ਜੁਰਮਾਨਾ ਹਾਈਵੇ ਤੇ ਦੁਰਘਟਨਾ ਤੋਂ ਬਾਅਦ ਐਂਬੂਲੈਂਸ ਤੇ ਪਹੁੰਚਣ ਚ ਅਕਸਰ ਦੇਰ ਹੋ ਜਾਂਦੀ ਹੈ ਜਿਸ ਕਾਰਨ ਹਾਦਸੇ ਦਾ ਸ਼ਿਕਾਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜੇਕਰ ਹਾਈਵੇ ਤੇ ਐਂਬੂਲੈਂਸ ਤੇਰੀ ਨਾਲ ਪਹੁੰਚਦੀ ਆ ਤਾਂ ਐਂਬੂਲੈਂਸ ਨੂੰ ਤਨਾਇਤ ਕਰਨ ਵਾਲੀਆਂ ਏਜੰਸੀਆਂ ਨੂੰ ਜੁਰਮਾਨਾ ਲਾਇਆ ਜਾਵੇਗਾ ਟਯੂਆਈ ਦੇ ਅਨੁਸਾਰ ਐਂਬੂਲੈਂਸ ਤਨਾਇਤ ਏਜੰਸੀਆਂ ਨੂੰ ਗੋਲਡਨ ਆਵਰ ਦੇ ਅੰਦਰ ਦੁਰਘਟਨਾ ਪੀੜਤ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਨਲੀ ਸੇਵਾ ਪ੍ਰਦਾਨ ਕਰਨ ਤੋਂ ਅਸਫਲ ਰਹਿਣ ਤੇ ਜੁਰਮਾਨਾ ਲਾਇਆ ਜਾਵੇਗਾ 골ਡਨ ਆਵਰ ਸੱਟ ਲੱਗਣ ਤੋਂ ਬਾਅਦ ਤਰੰਤ ਬਾਅਦ ਦੀ ਮਿਆਦ ਜਿਸ ਦੌਰਾਨ ਇਸ ਗੱਲ ਦੀ ਵੱਧ ਤੋਂ ਵੱਧ ਸੰਭਾਵਨਾ ਹੁੰਦੀ ਹੈ ਕਿ ਡਾਕਟਰੀ ਮਦਦ ਪੀੜਤ ਦੀ ਮੌਤ ਨੂੰ ਰੋਕ ਸਕਦੀ ਹੈ ਬੀਬੀ ਜ਼ਗੀਰ ਕੌਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਿਆਰੀ ਦੇ ਵਿੱਚ ਸੋਫੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜ਼ਗੀਰਕੌਰ ਦੇ ਅਗਲੇ ਕਦਮ ਦੀ ਉਡੀਕ ਕੀਤੀ ਜਾਵੇਗੀ ਦੇਖਣਾ ਹੋਵੇਗਾ ਕਿ ਬੀਬੀ ਜ਼ਗੀਰਕੌਰ ਅਗਲਾ ਕਦਮ ਕੀ ਚੱਕਦੀ ਹੈ ਤੇ ਉਸ ਦੇ ਅਨੁਸਾਰ ਅਗਲੀ ਰਣਨੀਤੀ ਬਣਾਈ ਜਾਵੇਗੀ ਸੜਕ ਤੇ ਜਿੱਦਬਾਜ਼ੀ ਕਰ ਰਹੇ ਟਰੱਕ ਵਾਲਿਆਂ ਨੂੰ ਜਾੜਤਾ ਪਰਿਵਾਰ ਅੱਠ ਧੀਆਂ ਦੇ ਸਿਰ ਉਠਿਆ ਪਿਓ ਦਾ ਸਾਯਾ ਸੋ ਵੱਡੀ ਖਬਰ ਪੰਜਾਬ ਤੋਂ ਜਿੱਥੇ ਮੱਲਾਂਵਾਲਾ ਦੇ ਥੋੜੀ ਦੂਰ ਪਿੰਡ ਲੋਹਗੜ੍ਹ ਦੇ ਨੇੜੇ ਹਾਦਸੇ ਚ ਵਿਅਕਤੀ ਦੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਸ਼ੰਦਾ ਸਿੰਘ ਵਾਸੀ ਪਿੰਡ ਬਲਟੂ ਹਲ ਮੋਟਰਸਾਈਕਲ ਵਾਲੀ ਆਪਣੀ ਰੈਡੀ ਲੈਗ ਜੀਰੇ ਤੋਂ ਫਿਰੋਜ਼ਪੁਰ ਵੱਲ ਨੂੰ ਪਿੰਡ ਖਾਈ ਕੇ ਤੋਂ ਕੋਈ ਸਮਾਨ ਲੈਣ ਜਾ ਰਿਹਾ ਸੀ ਕਿ ਲੋਹਗੜ੍ਹ ਨੇੜੇ ਪਹੁੰਚਿਆ ਤਾਂ ਫਿਰੋਜ਼ਪੁਰ ਰੋਡ ਤੇ ਦੋ ਟਰੱਕ ਆਪਸ ਦੇ ਵਿੱਚ ਜਿੱਦਬਾਜ਼ੀ ਨਾਲ ਰਫ਼ਤਾਰ ਨਾਲ ਆ ਰਹੇ ਸਨ ਦੇਖ ਕੇ ਸੁਖਦੇਵ ਸਿੰਘ ਨੇ ਟ੍ਰੇਡੀ ਸੜਕ ਤੋਂ ਹੇਠੇ ਹੇਠਾਂ ਉਤਾਰ ਲਈ ਪਰ ਉਸਨੇ ਟੱਕਰ ਮਾਰ ਦਿੱਤੀ ਤੇ ਉਸ ਨੂੰ ਦਰੜ ਦਿੱਤਾ ਜਿਸ ਦੇ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਵੱਡਾ ਖਲਾਸਾ ਜੇ ਜਲੰਧਰ ਦੇ ਪਿੰਡ ਗਾਖਲਦੰ ਗਾ ਪਿੰਡ ਗਾਖਲ ਦਾ ਨਿਕਲਿਆ ਕਨੇਡਾ ਤੋਂ ਹੋਏ 200 ਕਰੋੜ ਦੇ ਡਰੱਗ ਰੈਕਟਰ ਦਾ ਮਾਸਟਰਮਾਈਂਡ। ਸੋ ਇਹ ਵੱਡੀ ਖਬਰ ਨਿਕਲ ਕੇ ਜਲੰਧਰ ਤਵਾਰੀਆ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮਤ ਖਾਸ ਖਬਰਾਂ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ